ਸਪੀਰਾ ਟੀਵੀ ਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇੱਕ ਅਹਿਮ ਖਬਰ 30 ਦਸੰਬਰ ਨੂੰ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਵਿੱਚ ਹੋਣ ਵਾਲੇ ਵਿਧਾਨ ਸਭਾ ਇਲੈਕਸ਼ਨ ਦੀ ਅਨਾਉਂਸਮੈਂਟ ਕਰ ਸਕਦਾ ਹੈ। ਦਰਅਸਲ ਚੀਫ ਇਲੈਕਸ਼ਨ ਕਮਿਸ਼ਨਰ ਸੁਸ਼ੀਲ ਚੰਦਰਾ 2 ਦਿਨ ਲਈ ਯੂਪੀ ਦੇ ਦੌਰੇ ਤੇ ਜਾਣਗੇ। 28 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਸੁਸ਼ੀਲ ਚੰਦਰਾ ਦੇ ਵੱਲੋਂ ਯੂਪੀ ਦਾ ਦੌਰਾ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ। ਚੀਫ ਇਲੈਕਸ਼ਨ ਕਮਿਸ਼ਨ ਉਸ ਪ੍ਰੈਸ ਕਾਨਫਰੰਸ ਨੂੰ ਕਰਨਗੇ ਔਰ ਚੀਫ ਇਲੈਕਸ਼ਨ ਕਮਿਸ਼ਨਰ ਦੀ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦਾ ਮਤਲਬ ਇਹੀ ਹੁੰਦਾ ਕਿ ਜਿਹੜੇ ਸੂਬਿਆਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨਸ ਹੋਣ ਵਾਲੇ ਨੇ ਉਹਦਾ ਕੋਡ ਆਫ ਕੰਡਕਟ ਤੈਅ ਕਰਨਾ, ਉਹਦੀਆਂ ਤਰੀਕਾਂ ਦਾ ਐਲਾਨ ਕਰਨਾ ਅਤੇ ਤਾਰੀਖ ਦਾ ਐਲਾਨ ਹੋ ਸਕਦਾ ਕਿ ਪੰਜਾਬ ਦੇ ਵਿੱਚ ਇਲੈਕਸ਼ਨਸ ਕਦੋਂ ਹੋਣ। 30 ਦਸੰਬਰ ਨੂੰ ਐਲਾਨ ਹੋ ਸਕਦਾ ਔਰ 30 ਦਸੰਬਰ ਨੂੰ ਹੀ ਪੰਜਾਬ ਦੇ ਵਿੱਚ ਕੋਡ ਆਫ ਕੰਡਕਟ ਲੱਗ ਸਕਦਾ ਹੈ। ਪੰਜਾਬ ਦੇ ਨਾਲ ਨਾਲ ਯੂਪੀ, ਉੱਤਰਾਖੰਡ, ਗੋਆ ਅਤੇ ਮਣੀਪੁਰ ਦੇ ਵਿੱਚ ਵੀ ਇਲੈਕਸ਼ਨਸ ਹੋਣੇ ਨੇ। ਹੋ ਸਕਦਾ ਕਿ 30 ਦਸੰਬਰ ਨੂੰ ਪੰਜੋ ਸੂਬਿਆਂ ਦੇ ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੀ ਤਰੀਕ ਤੈਅ ਕੀਤੀ ਜਾ। ਪੰਜਾਬ ਦੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਨੂੰ ਵੱਡਾ ਬੂਸਟ ਦੇ ਰਹੀ ਸੂਬਾ ਸਰਕਾਰ ਹਾਲ ਹੀ ਦੇ ਵਿੱਚ ਫਤਿਹਗੜ੍ਹ ਸਾਹਿਬ ਮੋਹਾਲੀ ਰੋਡ ਤੇ ਪਿੰਡ ਮੁਕਾਰੋਪੁਰ ਨੇੜੇ ਫਿਲਮ ਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਫਿਲਮ ਸਿਟੀ ਇਨਵੈਸਟ ਪੰਜਾਬ ਬਿਜ਼ਨਸ ਫਸਟ ਦੇ ਤਹਿਤ ਬਣਾਈ ਜਾ ਰਹੀ ਹੈ, ਜਿਸ ਦਾ ਕੰਮ 3 ਪੜਾਵਾਂ ਦੇ ਵਿੱਚ ਪੂਰਾ ਹੋਏਗਾ। ਇਸ ਲਈ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਫਿਲਮ ਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਨਾਲ ਹੀ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਸਰਕਾਰ 400 ਏਕੜ ਦੇ ਵਿੱਚ ਫਿਲਮ ਸਿਟੀ ਬਣਾਉਣ ਜਾ ਰਹੀ ਹੈ, ਜਿਹਦੇ ਨਾਲ ਸਾਡੀ ਫਿਲਮ ਇੰਡਸਟਰੀ ਵੀ ਬੂਸਟ ਹੋਏਗੀ ਅਤੇ ਨਾਲ ਦੀ ਨਾਲ ਪੰਜਾਬ 'ਚ ਨਿਵੇਸ਼ ਵੀ ਵਧੇਗਾ। ਲੋਕ ਬੰਬੇ ਨੂੰ ਜਾਂਦੇ ਆ, ਹੋਰ ਪਾਸੇ ਜਾਂਦੇ, ਲੇਕਿਨ ਹੁਣ ਸਾਰਾ ਕੁਝ ਇੱਥੇ ਮਿਲੇਗਾ। ਅਸੀਂ ਵੀ ਪੰਜਾਬ ਸਰਕਾਰ ਵੱਲੋਂ 2-400 ਏਕੜ ਦੀ ਇੱਕ ਫਿਲਮ ਸਿਟੀ ਲਿਆਉਣਾ ਚਾਹੁੰਦੇ, ਜਿਹਦਾ ਮੈਂ ਪਿਛਲੇ ਦਿਨਾਂ 'ਚ ਐਲਾਨ ਵੀ ਕੀਤਾ। ਸਾਡੀ ਮਾਂ ਬੋਲੀ ਦੀ ਜਿਹੜੀ ਗੀਤ ਹੈ, ਉਹਦੀਆਂ ਜਿਹੜੀਆਂ ਫਿਲਮਾਂ, ਉਹ ਸਾਡੀ ਰੂਹ ਨੂੰ ਤਾਜ਼ਾ ਕਰਦੀਆਂ, ਉਹਨੂੰ ਖੁਸ਼ੀ ਦਿੰਦੀਆਂ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਜਾਵੇ, ਤਰੀਕ ਦੀ ਅਨਾਊਂਸਮੈਂਟ ਕੀਤੀ ਜਾਵੇ ਔਰ ਜੇਕਰ 30 ਦਸੰਬਰ ਨੂੰ ਅਨਾਊਂਸਮੈਂਟ ਹੁੰਦੀ ਹੈ, ਜੇਕਰ ਚੀਫ ਇਲੈਕਸ਼ਨ ਕਮਿਸ਼ਨਰ ਸੁਸ਼ੀਲ ਚੰਦਰਾ 30 ਦਸੰਬਰ ਨੂੰ ਅਨਾਊਂਸਮੈਂਟ ਕਰਦੇ ਨੇ ਤਾਂ ਫਿਰ 30 ਦਸੰਬਰ ਤੋਂ ਹੀ ਪੰਜਾਬ ਦੇ ਵਿੱਚ ਵੀ ਕੋਡ ਆਫ ਕੰਡਕਟ ਲੱਗ ਜਾਏਗਾ। ਸਿਰਫ 6 ਦਿਨ ਰਹਿ ਗਏ ਨੇ, ਜੇਕਰ 30 ਦਸੰਬਰ ਨੂੰ ਇਲੈਕਸ਼ਨ ਕਮਿਸ਼ਨ ਇਲੈਕਸ਼ਨਾਂ ਦੀ ਡੇਟ ਅਨਾਊਂਸ ਕਰ ਦਿੰਦਾ ਤਾਂ ਫਿਰ 6 ਦਿਨ ਨੇ ਹੋਰ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕੋਡ ਆਫ ਕੰਡਕਟ ਲੱਗ ਜਾਏਗਾ। 2 ਦਿਨਾਂ ਦੇ ਲਈ ਚੀਫ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਉਹ ਸੁਸ਼ੀਲ ਚੰਦਰਾ ਉਹ ਯੂਪੀ ਦਾ ਦੌਰਾ ਕਰਨਗੇ, ਯੂਪੀ ਦੇ ਵਿੱਚ ਜਾ ਕੇ ਸਮੀਖਿਆ ਕਰਨਗੇ। ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਔਰ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਆਸ ਲੱਗ ਰਹੇ ਨੇ ਕਿ ਇਲੈਕਸ਼ਨਾਂ ਦੀ ਵੀ ਅਨਾਊਂਸਮੈਂਟ ਹੋ ਜਾਏਗੀ। ਹੋਣ ਵਾਲੇ ਵਿਧਾਨ ਸਭਾ ਦੇ ਜਿਹੜੇ ਚੋਣ ਨੇ, 5 ਸੂਬਿਆਂ ਦੇ ਵਿੱਚ ਇਹ ਚੋਣਾਂ ਹੋਣੀਆਂ ਨੇ ਔਰ ਜੇਕਰ ਡੇਟਸ ਅਨਾਊਂਸਮੈਂਟ ਹੋ ਗਈਆਂ, 30 ਦਸੰਬਰ ਨੂੰ ਅਨਾਊਂਸ ਹੋ ਜਾਂਦੀਆਂ ਤਾਂ ਫਿਰ ਉਸੇ ਦਿਨ ਤੋਂ ਕੋਡ ਆਫ ਕੰਡਕਟ ਲੱਗੇਗਾ ਔਰ ਕਿਆਸ ਵੀ ਇਹੀ ਲੱਗ ਰਹੇ ਨੇ ਜੋ ਜਾਣਕਾਰੀ ਮਿਲ ਰਹੀ ਹੈ। ਫਿਲਹਾਲ ਇਸ ਜਾਣਕਾਰੀ ਦੇ ਮੁਤਾਬਕ 30 ਦਸੰਬਰ ਨੂੰ ਪੰਜਾਬ ਦੇ ਵਿੱਚ ਇਲੈਕਸ਼ਨਸ ਦੀ ਡੇਟ ਅਨਾਊਂਸ ਹੋ ਸਕਦੀ ਹੈ। ਪੰਜਾਬ ਦੇ ਨਾਲ ਨਾਲ ਗੋਆ, ਮਣੀਪੁਰ, ਯੂਪੀ ਅਤੇ ਉੱਤਰਾਖੰਡ ਦੇ ਵਿੱਚ ਵੀ ਇਲੈਕਸ਼ਨਸ ਹੋਣਗੇ। ਮੇਰੇ ਨਾਲ ਮੇਰੇ ਸਹਿਯੋਗੀ ਵਿਨੇ ਰਾਣਾ ਮੌਜੂਦ ਨੇ। ਰਾਣਾ ਜੀ, 30 ਦਸੰਬਰ ਨੂੰ ਜੋ ਇਹ ਇਲੈਕਸ਼ਨ, ਅਮੂਮਨ ਆਪਾਂ ਦੇਖਿਆ ਕਿ ਇਲੈਕਸ਼ਨ ਕਮਿਸ਼ਨਰ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਦਾ ਸੱਦਾ ਦਿੱਤਾ ਜਾਂਦਾ ਤਾਂ ਅਮੂਮਨ ਉਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਇਹੀ ਹੁੰਦਾ ਕਿ ਡੇਟਸ ਅਨਾਊਂਸਮੈਂਟ ਔਰ ਕੋਡ ਆਫ ਕੰਡਕਟ ਦੀ ਅਨਾਊਂਸਮੈਂਟ ਹੋ ਜਾਂਦੀ ਹੈ। ਬਿਲਕੁਲ, ਦੇਖੋ ਤੁਸੀਂ ਜਦੋਂ ਉਹ 30 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ, ਉਸ ਤੋਂ ਬਾਅਦ ਤੁਸੀਂ ਉਹ ਗੈਪ ਦੇਖੋ ਜਿਹੜਾ ਹੁੰਦਾ ਨਾ, ਕੋਡ ਆਫ ਕੰਡਕਟ ਦਾ ਜਿਹੜਾ ਉਹ ਹੁੰਦਾ ਡਿਊਰੇਸ਼ਨ ਹੁੰਦੀ, ਜਿਹੜੀ ਡਿਊਰੇਸ਼ਨ ਹੁੰਦੀ ਹੈ ਉਹ ਪੂਰੀ ਹੋ ਰਹੀ ਹੈ। ਦੇਖੋ ਜੇ ਫਰਵਰੀ ਦੇ ਮਹੀਨੇ ਦੇ ਵਿੱਚ, ਬਾਈ ਚਾਂਸ ਫਰਵਰੀ ਦੇ ਮਹੀਨੇ ਦੇ ਵਿੱਚ ਜੇ ਮਤਲਬ ਇਲੈਕਸ਼ਨ ਹੁੰਦਾ ਹੈ ਤਾਂ ਉਨੇ ਕੁ ਦਿਨ ਹੀ ਬਣਦੇ ਆ ਜਿਹੜੇ ਕੋਡ ਆਫ ਕੰਡਕਟ ਵਾਸਤੇ ਹੁੰਦੇ ਆ ਨਾ, ਮਤਲਬ 45 ਦਿਨਾਂ ਦਾ ਕੋਡ ਆਫ ਕੰਡਕਟ ਜਿਹੜਾ ਹੈਗਾ ਅਮੂਮਨ ਹੁੰਦਾ। ਅਤੇ ਉਹ ਜੇ 30 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਜ਼ਾਹਿਰ ਹੈ ਕਿ ਉਸੇ ਦਿਨ ਇਲੈਕਸ਼ਨ ਦੀ ਜਿਹੜੀ ਉਹ ਤਰੀਕਾਂ ਹੈਗੀਆਂ ਨਾ ਉਹ ਅਨਾਊਂਸ ਕਰਤੀਆਂ ਜਾਣ। ਬਿਲਕੁਲ, ਜੇਕਰ ਚੀਫ ਇਲੈਕਸ਼ਨ ਕਮਿਸ਼ਨਰ ਦੇਸ਼ ਦੇ ਅਨਾਊਂਸਮੈਂਟ ਕਰਨਗੇ, ਪ੍ਰੈਸ ਕਾਨਫਰੰਸ ਕਰਦੇ ਨੇ ਜਦੋਂ ਅਜਿਹੇ ਮੌਕੇ 'ਤੇ ਆ ਕੇ ਅਨਾਊਂਸਮੈਂਟ ਕਰਦੇ ਨੇ ਜਦੋਂ ਸੂਬਿਆਂ ਦੇ ਅੰਦਰ ਇਲੈਕਸ਼ਨ ਪੈਂਡਿੰਗ ਹੁੰਦੇ ਨੇ, ਵਿਧਾਨ ਸਭਾ ਦੇ ਚੋਣ ਕਰਾਉਣੇ ਹੁੰਦੇ ਨੇ ਔਰ ਉਦੋਂ ਚੀਫ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਨ ਤਾਂ ਫਿਰ ਇਹਦਾ ਇਹੀ ਅੰਦਾਜ਼ਾ ਲਗਾਇਆ ਜਾਂਦਾ ਕਿ ਉਸੇ ਦਿਨ ਅਮੂਮਨ ਆਪਾਂ ਦੇਖਦੇ ਕਿ ਉਸੇ ਦਿਨ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਹੋਣ ਵਾਲੇ ਇਲੈਕਸ਼ਨਸ ਨੂੰ ਲੈ ਕੇ। ਤਾਂ 5 ਸੂਬਿਆਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਮਣੀਪੁਰ,
गुजरात माफ करना यूपी उत्तराखंड गोवा ते पंजाब दे विच इलेक्शन ड्यू ने 16 अक्टूबर तो बाद ये जदों मर्जी इलेक्शन कमिश्नर जिहड़ा है वो अनाउंस कर सकता है डेट्स नूं और इसे करके क्योंकि 30 दिसंबर नूं जे प्रेस कॉन्फ्रेंस होने जा रही है तो फिर बहुत घट समा रह जाएगा इलेक्शन दे लई और उस दिन हो सकता है कि डेट्स का भी अनाउंसमेंट हो जाए और जो खबर आ रही है जो जानकारी आ रही है वो मुताबिक 30 दिसंबर नूं पंजाब दे इलेक्शन की डेट जिहड़ी है वो अनाउंस हो सकती है। देखते रहो दैनिक सवेरा टीवी। अलीशा बेगम एक औरत का दुख एक औरत ही समझ सकती है। रूहानी अते काली शक्तियां दी मालकन दुनिया दा सब तो चमत्कारी इल्म मेरे कोल है। मेरे कीते नूं कोई कट नहीं सकदा। काला इल्म करना अते तोड़ना हर एक दे बस दी गल नहीं। परेशानी जिवें लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत जां नशा छुड़ाना बीमारी च दवा ना लगना वशीकरण एक सच्चाई है। वशीकरण करवाओ मन चाह प्यार पाओ। की तुहाडी किस्मत च लॉटरी दा योग है जां नहीं सच्चाई जानो। लॉटरी नंबर पाओ भावें 649 होवे जां लोटोमैक्स 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी कहने तो बाहर है तुरंत संपर्क करो तो हड्डी हर गल गुप्त रखी जाएगी। अलीशा बेगम वर्ल्ड फेमस बाबा सलीम खान 21 बार गोल्ड मेडलिस्ट सारियां थावां तो निराश अते मायूस होने वाले एक बार फोन जरूर करो जिवें चाहोगे ओवें होएगा। इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी। अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जद उटोना मनमोहनी वशीकरण करवाओ जद तुड़वाओ रुसे नूं मनाउणा। हुणे कॉल करो बाबा सलीम खान 98199 37467।